परेशानी तो महफूज फरमा जिन्हें जिन्हें मोमना मेरे जिम्मे दुआई लाई हुई इमाम हुसैन दे सदके अपनी बारगाह मंजूर फरमा भाई दसफे मातम छाया अपनी बारगाह मंजूर फरमा हर मोमिन मवाली दी नेक दुआ नेक तमन्ना अपनी बारगाह कबूल फरमा मैं हकीर दी नौकरी अपनी बारगाह मंजूर फरमा ਸਾਡੀ ਪਹਿਲੀ ਅਤੇ ਆਖਰੀ ਬਹੁਤ ਵੱਡੀ ਦੁਆ ਹੈ ਸਾਡੇ ਬਾਰਵੇਂ ਇਮਾਮੇ ਜ਼ਮਾਨਾ ਦਾ ਜਲਦ ਜ਼ਹੂਰ ਮੇਰਾ ਭਾਂਜਾ ਬਿਮਾਰ ਹੈ ਹਸਪਤਾਲ ਵਿੱਚ ਮੌਲੋ ਨਸੀਹਤ ਕਾਮਲਾ ਸ਼ਿਫਾ ਉਸਕੋ ਖੁਦਾ ਨਾ ਬਖਸ਼ੇਗਾ ਐਸਾ ਕੀਏ ਬਗੈਰ ਜ਼ਿੰਦਗੀ ਦਰਾਜ਼ ਹੋਵੇ ਮੌਲੋ ਤੋਂ ਸਲਾਮਤ ਰੱਖੇ ਉਸਕੋ ਖੁਦਾ ਨਾ ਬਖਸ਼ੇਗਾ ਐਸਾ ਕੀਏ ਬਗੈਰ जो मर गया हुसैन पे गिरिया किए बगैर हाथ आगे भाई उसको खुदा न बख्शेगा ऐसा किए बगैर जो मर गया हुसैन पे गिरिया किए बगैर पानी का एक कतरा भी पीना हराम है बीबी के दुश्मनों पे तबर्रा किए बगैर सलामत रहो 14 जुलाई जलालाबाद सलीम की मजलिस पर ऐलान कर दो 14 जुलाई अच्छा ठीक है भाई 14 जुलाई इंशाल्लाह जिंदगी है भाई सलीम की मजलिस जिंदगी है भाई जरूर पुरस जलालाबाद मेरे नबी को जमाना सलाम करता है मेरे नबी को जमाना सलाम करता है मगर हुसैन को नाना सलाम करता है सलामत रहो सलामत रहो मेरे बिस्मिल्लाह मेरे नबी को जमाना सलाम करता है मगर हुसैन को नाना सलाम करता है जिस घराने पर अल्लाह दरूद पढ़ता है उसे वो सारा घराना सलाम करता है मौला तुरी जिंदगी करें खुशकिस्मत वो इंसान है जैदा अली जी है इमाम अली इमाम सिर्फ शिया तो सुनिया तो नहीं अली इमाम पूरी कायनात का इमाम
ਅਗੋ ਹਰ ਕਹਿੰਦੇ ਜ਼ਰਫ ਦੀ ਬਾਤ ਹੈ ਕੋਈ ਮਨ ਲਵੇ ਤਮਤੀ ਅਲੀ ਅਲੀ ਏ ਕੋਈ ਨਾ ਮੰਨੇ ਬੋਲੋ ਤੋ ਸਹੀ ਥੱਕੇ ਤਾਂ ਨਹੀਂ ਬੈਠੇ ਥੱਕਣਾ ਤਾਂ ਮੈਂ ਆਈ ਬੈਠਾ ਮੇਰੇ ਟਾਈਮ ਹੀ ਦੋ ਬੰਦੇ ਪੜ ਗਏ ਇੱਕ ਸਹੀ ਆਦਾ ਹੀ ਹੋ ਸਕਿਆ ਮੈਨੂੰ ਟਾਈਮ ਦੇ ਚ 10 ਮਿੰਟ ਮੈਂ ਸ਼ਾਹ ਜੀ ਪੜ ਲਓ ਦੂਆ ਕਿ ਮੇਰੀ ਫੁੱਫੀ ਦੀ ਅੱਖੀ ਦੇ ਹੱਥ ਹੈ ਤੂੰ ਹੀ ਪੜ ਲੈ ਤੇ ਤੁਸਾਂ ਕਿਉਂ ਧੱਕੇ ਬੈਠੇ ਹੋ ਭਾਈ ਇਹਨਾਂ ਦੇ ਬਾਰੇ ਸੋਚਣਾ ਹੀ ਨਹੀਂ ਚਾਹੀਦਾ ਇਹਨਾਂ ਨੂੰ ਮਨ ਲਵਣਾ ਚਾਹੀਦਾ ਜਿਹਨਾਂ ਸੋਚਿਆ ਉਹ ਸ਼ੈਤਾਨ ਬਣ ਗਏ ਜਿਹਨਾਂ ਸਿਰਫ ਮਨ ਲਿਆ ਉਹ ਸਲਮਾਨ ਬਣ ਗਏ ਇਹਦੇ ਕਰੀਮ ਤੇ ਦੇ ਲਜਬਾਲਨ ਇਨਸਾਨ ਦੀ ਗੁਰਬਤ ਨਹੀਂ ਦੇਦੇ ਜਾਇਦਾਦ ਨਹੀਂ ਦੇਦੇ ਨੀਅਤ ਪਸੰਦ ਆ ਵੰਨੇ ਕਹੇ ਨੂੰ ਮਾਂ ਚਸ ਲੈਂਦੇ ਬਿਸਮਿਲਲਾ ਕਰਾ ਭਾਈ ਸਲਾਮਤ ਰਹੋ ਸਲਾਮਤ ਰਹੋ ਨੀਅਤ ਪਸੰਦ ਆ ਵੇ ਕਹੇ ਨੂੰ ਨਾਨਾ ਚਸ ਲੈਂਦੇ ਇਹਨਾਂ ਦੇ ਦਰਵਾਜ਼ੇ ਤੇ ਤੂੰ ਅਸਾਂ ਨਹੀਂ ਪਿੰਡੇ ਇਹਨਾਂ ਦੇ ਦਰਵਾਜ਼ੇ ਦੇ ਮਲਾਇਕ ਸਵਾਲੀਏ ਇਹਨਾਂ ਦੇ ਦਰਵਾਜ਼ੇ ਦੇ ਨਬੀ ਸਵਾਲੀਏ ਇਜਾਜ਼ਤ ਹੈ ਮੈਂ ਜਨਾਬ ਨੂੰ ਕਸੀਦਾ ਸੁਣਾਉਂ ਸਦਕੇ ਬਿਸਮਿਲਲਾ ਕਰਾ ਮੇਰੇ ਸਾਹਮਣੇ ਮੁਲਕ ਦਾ ਨਾਮਵਰ ਸਦੇ ਸੈਕਟਰੀ ਭਾਈ ਸਾਬਰ ਮੌਲਾ ਜ਼ਿੰਦਗੀ ਚਲੋ ਭਾਈ ਤੂੰ ਹੀ ਇਹਨੇ ਬੇਟੇ ਦਾ ਨਾਮ ਕਦਰ ਹੁਸੈਨ ਦੀ ਲੋਕ ਕਰੇ ਦੇ ਮਨ ਰਹਿੰਦੇ ਗਾਲ ਸਲਾ ਦੀ ਨਾ ਲੱਗਦੇ ਤੀਰ ਜਨਾ ਦੇ ਅਦੇਸ਼ ਨਾ ਰੋਂਦੀ ਜੀ ਦੁਖਿਆ ਦੀ ਮੋਮਨੋ ਸਾਰੀ ਫੌਜ ਦੇ ਪਾਸੇ ਮੁਖਾਤਬ ਹੋ ਕੇ ਮੇਰੇ ਮੌਲਾ ਜਿਹੜੀ ਗੱਲ ਕੀਤੀ ਸੁਣਾਵਾਂ ਇਹ ਜਿਆਦਾ ਸੁਣਾਵਾਂ ਭਾਈ ਸ਼ਾਮੀ ਹੋ ਜਾਗਨਾ ਆਪਣਾ ਮੈਦਾਨ ਆਨੇ ਲਗਾ ਹੋ ਸ਼ਾਮੀ ਹੋ ਜਾਗਨਾ ਆਪਣਾ ਮੈਦਾਨ ਆਨੇ ਲਗਾ ਹੋ ਸ਼ਾਮੀ ਹੋ ਜਾਗਨਾ ਆਪਣਾ ਮੈਦਾਨ ਆਨੇ ਲਗਾ ਹੋ ਜਾਗਨਾ ਹਾਜ਼ਰੀ ਹੋ ਜਾਗਨਾ ਆਪਣਾ ਮੈਦਾਨ ਆਨੇ ਲਗਾ ਜ਼ਿੰਦਗੀ ਚਲਾ ਜਾਵੇ ਸਲਾਮਤ ਰਹੋ ਭਾਈ ਜ਼ਿੰਦਗੀ ਚਲਾ ਜਾਵੇ ਅੱਛਾ ਜਿੱਦਾਂ ਉਸ ਵੇਲੇ ਜੰਗਾਂ ਹੁੰਦੀਆਂ ਨਾ ਸਾਬਰ ਵੀਰਾ ਭਾਈ ਰਿਜ਼ਵਾਨ ਤਾਂ ਉਹ ਮਰਦ ਮੁਜਾਹਿਦ ਮੈਦਾਨ ਜਦਾਂ ਦਾ ਹੀ ਮੁਖਾਲਿਫ ਫੌਜ ਦੇ ਸਾਹਮਣੇ ਤਾਂ ਉਹ ਆਪਣਾ ਬਾਬਾ ਤਾਰਫ ਕਰਵਾਉਂਦਾ ਹੈ ਅਦੇ ਮੇਰਾ ਨਾਂ ਫਲਾਂ ਹੈ ਮੇਰੇ ਬਾਬੇ ਦਾ ਨਾਂ ਫਲਾਂ ਹੈ ਅਸਾਂ ਫਲਾਣੇ ਖਾਨਦਾਨ ਨਾਲ ਤਲਕ ਰੱਖਦੇ ਹਾਂ ਮੈਂ ਇਤਨਾ ਬਹਾਦਰ ਮੇਰਾ ਬਾਪ ਇਤਨਾ ਦਲੇਰ ਆਈ ਜ਼ਿੰਦਗੀ ਦਰਾਜ ਹੋਵੇ ਅਕਬਰ ਦਾ ਬਾਬਾ ਮੈਦਾਨ ਕਰਬਲਾ ਚ ਖਲੋ ਕੇ ਸ਼ਾਮੀਆਂ ਦੇ ਪਾਸੇ ਮੁਖਾਤਿਬ ਹੋ ਕੇ ਮੇਰੇ ਮੌਲਾ ਤਾਰਫ ਕਿਹੜਾ ਕਰਾਏ ਖੁਦਾ ਕੇ ਘਰਾਨੇ ਬਿਸਮਿਲਲਾ ਕਰਾਂ ਮੈਂ ਬਿਸਮਿਲਲਾ ਕਰਾਂ ਖੁਦਾ ਕੇ ਘਰਾਨੇ ਕਮ ਪੈਦ ਹੋ ਤਬੇ ਸੇ ਹਕੀਕਤ ਸੇ ਹੋ ਆਸ਼ਨਾ ਮੇਰੇ ਪਾਕ ਨਾਨਾ ਨੇ ਬਦਲਾਇਆ ਤਾ ਸਾਰੇ ਜ਼ਮਾਨੋ ਕਾ ਬਸ ਇੱਕ ਖੁਦਾ ਸਲਾਮਤ ਰਹੋ ਭਾਈ ਉਸ ਜ਼ਾਲਿਮ ਨੇ ਕਿਹਾ ਦਾ ਹੁਸੈਨ ਅਸਾਂ ਤੈਨੂੰ ਜਾਣਦੇ ਹਾਂ ਤੇਰਾ ਸਾਰਾ ਤਾਰਫ ਜਾਣਦੇ ਤਾਰਫ ਨਾ ਕਰਾ ਜੰਗ ਦੀ ਤਿਆਰੀ ਕਰ ਉਸ ਨੇ ਮੇਰੇ ਮੌਲਾ ਹੁਸੈਨ ਮਕਾਮ ਨੁਖੈਲਾ ਤੋਂ ਲੈ ਕੇ ਮੈਦਾਨ ਕਰਬਲਾ ਤੇ ਨਿਜ਼ ਨਾਲ ਲਕੀਰ ਮਾਰੀ
लकीर मार के चाचा जी लकीर दे इस सिरे ते खड़ गया अकबर दा बाबा इस सिरे ते खलो के शामियां दे पास रह के फरमाइंदे कहने ले जा सलामत रहो भाई सलामत रहो भाई जिंदगी दराज मन के भाई यहाँ एक दो ने तो मरना नहीं यहाँ पर तो अब सब बसब मौत है लकीर से को देखो सफीदार से उधर जिंदगी अस तरफ मौत है उसकी गर्दन उड़ाने लगा हो शामी सलामत रहो भाई। अच्छा मैं हूं वो शेर पढ़ने लगा जिस शेर वास्ते मैं एक कसीदा शुरू किया रिजवान भाई जिंदगी दराज होवे सलामत रहो भाई। मेरे मौला हुसैन एक बार फिर अपना तारुफ कराया मतक के मतक लोगे ना आखे ना सुने ना ही असं जानते ना से उस मेरे मौला फरमाया लोगो मैं जो रखो मैं हुसैन मेरे बाबे का नाम अली है मेरे नाने का नाम मुहम्मद है। मेरे मौला फरमाया असं जो कुछ चाहूँ कर सकते हैं इस जालिम ने क्या हुसैन तू क्या कर सकता है मेरे मौला कड़ी गल की अगे तो जान गल नारा ना मने रे जिंदगी आ जाओ भाई। अच्छा एक बंद के आखे नारा तुस नहीं मरे रे चार पाँच डाल मारे खत्म है जिंदगी चला दो जिंदगी हो बिल इन गा। अच्छा एक कसीदा मैं जनाब न सुनावा गाजी बादशाह बार बार चाचे उड़ा के सुनावा गाजी मौला कह गया है सलामत रहो भाई सलामत रहो भाई। लखे लाल कल्ला लड़ गया है हाथ हाथ
ਤੇਰਾ ਲਵੇ ਯਜ਼ੀਦ ਅੱਜ ਵੀ ਇਸ ਤੋਂ ਡਰ ਗਿਆ ਹੈ ਲਦੇ ਦੇ ਅੱਜ ਵੀ ਇਸ ਤੋਂ ਡਰ ਗਿਆ ਹੈ ਸ਼ੇਰ ਔਰ ਸੁਣਾ ਤੁਹਾਡੇ ਨਾਲ ਕੋਈ ਮੁਕਾਬਲਾ ਹੈ ਕਹੀਂ ਨਾਲ ਹੀ ਕੋਈ ਨਹੀਂ ਇੱਕ ਸ਼ੇਰ ਸੁਣਾਵਾਂ ਜਿਸ ਦਾ ਬਾਰ ਬਾਰ ਹੁਕਮ ਦਿੱਤਾ ਗਿਆ ਸੁਣਾਵਾਂ ਹੈ ਕਮੀਆਂ ਦੇ ਬੂਹੇ ਤੇ ਨਾ ਜਾਇਆ ਕਰ ਸਾਰੇ ਪੰਜਾਂ ਬਾਰਾਂ ਨੂੰ ਛੁਟਾਇਆ ਕਰ ਕਮੀਆਂ ਦੇ ਬੂਹੇ ਤੇ ਨਾ ਜਾਇਆ ਕਰ अमीर होना चाहता है मंग के हुसैन को सलामत रहो भाई जिंदगी चला दो आज दे मुसलमान अल्लाह नू वादा गुलेंदा है परेशान हो गए तुसे गुलेंदा ये कोई ना गुलेंदा वादा ना पर इन अल्लाह लभना कोई नहीं तो गोलन दी लोड़ ही काई नहीं साहब ए बंदा कुरान दी तफसीरां पढ़े किताबां पढ़े तो कायनात दा खालिक तो खुद फरमांदा पिया 14 मेरियां निशानियां चौदह मेरा राज है तो बत बोलना नहीं लोड़ के ये बंदा उदा ही ना मैंने जिते ने जानिया रा दिया सात चावे मेरे पास में के उस मुसलमान सोना जिया मशवरा देवे लग गया सोना जिया मशवरा पिया देना केड़ा रोते रियो सिया मुसलेते रब मिल बै सिया मुसलेते अपनी नमाज विच दोस्ता मिट्टी कर बल दी सजाया का अपनी नमाज विच दोस्ता मिट्टी कर बल दी सजाया का नमाज दा नाम है रुनी अली दी
रोकया दियो सजाद जड़ा देंदा मेरा भिरा कुछ है मैं कोई सवाल नहीं कीता मेरा पहला सवाल रोकया दखड़ा मकना सवाल रोकया दिए ते को समझ के हुजात जमाने दी पया पुछ दी पोदरों सजाद
कर शामिल मोहतरम तशरीफ रखिएगा।